ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅੱਜ ਕਈ ਘੰਟੇ ਮੰਥਨ ਕੀਤਾ ਗਿਆ ਜਿਸ ਦੇ ਵਿੱਚ ਵੱਡੇ ਫੈਸਲੇ ਅਤੇ ਐਲਾਨ ਕੀਤੇ ਗਏ ਨੇ। ਦੱਸਦੇ ਕਿ 15 ਤਰੀਕ ਨੂੰ ਪੰਜਾਬ ਭਰ ਦੇ ਟੋਲ ਪਲਾਜ਼ੇ ਫ੍ਰੀ ਕਰਨ ਦਾ ਐਲਾਨ ਆ ਜਿਹੜਾ ਇਹਨਾਂ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ। 11 ਵਜੇ ਤੋਂ 3 ਵਜੇ ਤੱਕ ਪੰਜਾਬ ਭਰ ਦੇ ਟੋਲ ਪਲਾਜ਼ੇ ਇਹ ਕਿਸਾਨ ਫ੍ਰੀ ਕਰਨਗੇ। ਇਸ ਤੋਂ ਬਾਅਦ 16 ਤਰੀਕ ਨੂੰ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਗਿਆ SKM ਦੇ ਵੱਲੋਂ। ਉਸ ਤੋਂ ਬਾਅਦ 18 ਤਰੀਕ ਨੂੰ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਜਿਸ ਦੇ ਅਨੁਸਾਰ ਪੰਜਾਬ ਸਣੇ ਭਾਰਤ ਭਰ ਦੇ ਵਿੱਚ ਗਤੀਵਿਧੀਆਂ ਹੋਣਗੀਆਂ। ਦੱਸਦੇ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਉਸ ਘਟਨਾ ਦੀ ਵੀ ਨਿਖੇਧੀ ਕੀਤੀ ਗਈ ਜੋ 13 ਫਰਵਰੀ ਨੂੰ ਹਰਿਆਣਾ ਪੰਜਾਬ ਬਾਰਡਰਾਂ 'ਤੇ ਹੋਈ। ਨੌਜਵਾਨਾਂ 'ਤੇ ਅਥਰੂ ਗੈਸ ਦੇ ਗੋਲੇ ਦਾਗੇ ਗਏ, ਕਈ ਕਿਸਾਨ ਜ਼ਖਮੀ ਹੋਏ ਤਾਂ SKM ਦੇ ਵੱਲੋਂ ਉਸ ਘਟਨਾ ਦੀ ਨਿਖੇਧੀ ਕੀਤੀ ਗਈ। ਦੱਸਦੇ ਕਿ MSP ਦੀ ਲੜਾਈ ਕਿਸਾਨ ਲੜ ਰਹੇ ਨੇ। ਜਗਜੀਤ ਸਿੰਘ ਡੱਲੇਵਾਲ ਅਤੇ ਸਰਬਣ ਸਿੰਘ ਭਦੇਰ ਦੀ ਜਥੇਬੰਦੀ ਇਸ ਵੇਲੇ ਪੰਜਾਬ ਹਰਿਆਣਾ ਦੇ ਬਾਰਡਰਾਂ 'ਤੇ ਬੈਠੀ ਹੋਈ ਹੈ ਤਾਂ ਇਹਨਾਂ ਕਿਸਾਨਾਂ ਨੇ ਕਿਹਾ ਕਿ ਸਾਡੇ ਤੋਂ ਸਾਥ ਨਹੀਂ ਮੰਗਿਆ ਗਿਆ, ਪਰ ਜੇ ਡੱਲੇਵਾਲ ਕਹਿਣਗੇ ਤਾਂ ਅਸੀਂ ਜ਼ਰੂਰ ਜਾਵਾਂਗੇ। ਔਰ ਇਹ ਚਾਹੁੰਦੇ ਨੇ ਕਿ ਕਿਸਾਨ ਜਿੱਤ ਕੇ ਆਪੋ ਆਪਦੇ ਘਰਾਂ ਨੂੰ ਆਉਣ। ਤਾਂ ਦੱਸਦੇ ਕਿ SKM ਦੇ ਵੱਲੋਂ ਵੱਡੇ ਫੈਸਲੇ ਕੀਤੇ ਗਏ ਨੇ, ਐਲਾਨ ਕੀਤੇ ਗਏ ਨੇ। 15 ਤਰੀਕ ਨੂੰ ਪੰਜਾਬ ਭਰ ਦੇ ਟੋਲ ਪਲਾਜ਼ੇ 3 ਘੰਟਿਆਂ ਦੇ ਲਈ ਬੰਦ ਕਰਨ ਦਾ ਐਲਾਨ ਕੀਤਾ ਗਿਆ। ਡੱਲੇਵਾਲ ਅਤੇ ਭਦੇਰ ਦੀ ਜਥੇਬੰਦੀ ਨੇ ਸਾਥ ਨਹੀਂ ਮੰਗਿਆ, ਇਹ SKM ਦੇ ਵੱਲੋਂ ਕਿਹਾ ਗਿਆ। 18 ਤਰੀਕ ਨੂੰ ਅਗਲੀ ਰਣਨੀਤੀ ਤਿਆਰ ਹੋਵੇਗੀ ਜਿਸ ਦੇ ਵਿੱਚ ਵੱਡੇ ਫੈਸਲੇ ਲਏ ਜਾਣਗੇ। ਦੱਸਦੇ ਕਿ ਭਾਰਤੀ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਕਿ 15 ਤਰੀਕ ਨੂੰ ਪੰਜਾਬ ਦੀਆਂ ਕਈ ਰੇਲਵੇ ਲਾਈਨਾਂ ਬੰਦ ਕੀਤੀਆਂ ਜਾਣਗੀਆਂ, ਟਰੈਕ 'ਤੇ ਬੈਠਣਗੇ, ਰੇਲਾਂ ਰੋਕਣਗੇ। ਸੋ ਦੱਸਦੇ ਕਿ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਹਰਿਆਣਾ ਬਾਰਡਰ 'ਤੇ ਦਾਗੇ ਗਏ ਨੇ ਔਰ ਇਹਨਾਂ ਕਿਸਾਨਾਂ ਦੇ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਦੇਖੋ, ਜਿਹੜੀ ਸਰਕਾਰ ਧੱਕੇਸ਼ਾਹੀ ਕਰ ਰਹੀ ਆ ਔਰ ਜ਼ੁਲਮ ਕਰ ਰਹੀ ਆ, ਰਸਤੇ ਰੋਕ ਰਹੀ ਆ, ਉਹਦੇ ਖਿਲਾਫ ਜਿਹੜਾ SKM ਡਟ ਕੇ ਖੜਾ ਹੋ ਗਿਆ, ਕਿਉਂਕਿ ਸਾਡੇ ਹੀ ਭਰਾ ਨੇ, ਸਾਡੇ ਹੀ ਨੌਜਵਾਨ ਨੇ ਜਿਨ੍ਹਾਂ ਨੂੰ ਰੋਕ ਕੇ ਖੜੀ ਹੈ। ਦੇਖੋ, ਇੱਕ ਮੈਂ ਕਹਿੰਦਾ ਕਿ ਇਹ ਸਾਡੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ, ਵਾਅਦਾ ਖਿਲਾਫੀ ਤਾਂ ਸਰਕਾਰ ਨੇ ਕੀਤੀ ਹੈ, ਉਹ ਆਪਣਾ ਮੰਗਾਂ ਮਨਵਾਉਣ ਵਾਸਤੇ, ਆਪਣੀ ਗੱਲ ਰੱਖਣ ਵਾਸਤੇ ਕੇਂਦਰ ਕੋਲ ਦਿੱਲੀ ਨੂੰ ਜਾ ਰਿਹਾ ਸੀ। ਹੁਣ ਤੁਸੀਂ ਕੀ ਪ੍ਰੋਗਰਾਮ ਲਿਖਿਆ? ਦੇਖੋ, ਸਾਡਾ ਪ੍ਰੋਗਰਾਮ ਇਹ ਹੈਗਾ ਕਿ ਅਸੀਂ ਜਿਹੜਾ ਨਵਾਂ ਐਕਸ਼ਨ ਪ੍ਰੋਗਰਾਮ ਲਿਖਿਆ, ਕੱਲ੍ਹ ਨੂੰ ਜਿਹੜਾ ਆ 15 ਤਰੀਕ ਨੂੰ, 15 ਫਰਵਰੀ ਨੂੰ ਅਸੀਂ 11 ਤੋਂ 2 ਵਜੇ ਤੱਕ ਟੋਲ ਫ੍ਰੀ ਕਰਾਂਗੇ, ਪੂਰੇ ਪੰਜਾਬ ਦੇ ਟੋਲ ਫ੍ਰੀ ਕਰਾਂਗੇ। ਨਾਲ ਹੀ 16 ਤਰੀਕ ਨੂੰ, 16 ਫਰਵਰੀ ਨੂੰ ਅਸੀਂ ਭਾਰਤ ਬੰਦ ਕਰਾਂਗੇ। ਉਸ ਤੋਂ ਬਾਅਦ 18 ਫਰਵਰੀ ਨੂੰ ਜਿਹੜਾ ਆ ਅਸੀਂ ਦੇਖਾਂਗੇ ਸਰਕਾਰ ਦਾ ਰਵੱਈਆ ਕੀ ਆ, ਸਾਡੇ ਕਿਸਾਨਾਂ ਦੇ ਨਾਲ ਕੀ ਰਵੱਈਆ ਅਪਣਾ ਰਹੀ ਹੈ। ਉਸ ਤੋਂ ਬਾਅਦ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 18 ਤਰੀਕ ਨੂੰ ਕੋਈ ਵੱਡੇ ਐਕਸ਼ਨ ਉਸ ਤਰੀਕੇ ਦੇ ਨਾਲ ਜਿਹੜੇ ਆ ਐਲਾਨ ਕਰ ਦਿਆਂਗੇ। ਸਰ, ਵਾਰ ਵਾਰ ਇੱਕ ਸਵਾਲ ਆ ਰਿਹਾ, ਕਹਿੰਦੇ ਕਿ SKM ਵੱਖਰੀ ਚੱਲਦੇ ਪਈ, ਇਸ ਵਾਰੀ ਲਾਲ ਕਿਉਂ ਨਹੀਂ ਜਾ ਰਹੀ, ਕਿ ਮੰਗਾਂ ਅਗਰ ਸਾਰੀ ਸੇਮ ਹੈਗੀਆਂ ਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਿਉਂ ਨਹੀਂ ਚੱਲਦੇ? ਅਸਲ ਦੇ ਵਿੱਚ ਦੇਖੋ, ਜਿਹੜਾ ਰਾਜਨੀਤਿਕ SKM ਤੇ ਗੈਰ ਰਾਜਨੀਤਿਕ ਦੀ ਗੱਲ ਆ ਗਈ ਸੀ, ਉਹਦੇ ਵਿੱਚ ਥੋੜੇ ਜਿਹਾ ਡੱਲੇਵਾਲ ਸਾਹਿਬ ਭਦੇਰ ਹੋਣੀ ਉਹ ਵੱਖਰੇ ਤਰੀਕੇ ਨਾਲ ਆਪਣੀ ਬੁੱਧੀ ਦੇ ਨਾਲ ਚੱਲ ਰਹੇ ਸੀ। ਸੋ ਅਸੀਂ ਇਹ ਚਾਹੁੰਦੇ ਸੀਗੇ ਕਿ ਇਕੱਠੇ ਹੋ ਕੇ ਚੱਲਿਆ ਜਾਵੇ, ਕਿਉਂਕਿ ਲੜਾਈ ਵੱਡੀ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ 3 ਕਾਨੂੰਨ ਵਾਪਸ ਕਰਵਾ ਕੇ ਆਏ ਹਾਂ ਕਿ ਲੜਾਈ ਇਕੱਠੇ ਹੋ ਕੇ ਲੜਦੇ ਤਾਂ ਕਿਤੇ ਨਾ ਕਿਤੇ ਬਲ ਮਿਲਦਾ, ਆਪਾਂ ਜਿੱਤ ਕੇ ਵਾਪਸ ਆਉਂਦੇ। ਸੋ ਆਹ ਜਿਹੜੇ ਵਖਰੇਵਿਆਂ ਦੀ ਗੱਲ ਕੀਤੀ ਹੈ, ਇਹ ਉਹਦੇ ਵਿੱਚੋਂ ਨਿਕਲ ਕੇ ਜਿਹੜਾ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਦੇ ਵਿੱਚੋਂ ਨਿਕਲ ਕੇ ਆਇਆ। ਪਰ ਗੱਲ ਇਸ ਤਰ੍ਹਾਂ ਮੁੱਦੇ 'ਤੇ ਸਾਰੇ ਭਾਰਤ ਦੇ ਹੀ ਹੈ, ਮੁੱਦੇ 'ਤੇ ਪੰਜਾਬ ਦੇ ਹੀ ਹੈ। ਸੋ ਜੇ ਮੁੱਦੇ ਇੱਕ ਆ, ਲੜਾਈ ਇੱਕ ਆ, ਤਾਂ ਫਿਰ ਵਖਰੇਵੇਂ ਇਸ ਤਰ੍ਹਾਂ ਦੇ ਹੋਣੇ ਨਹੀਂ ਸੀ ਚਾਹੀਦੇ। ਸੋ ਕਿਤੇ ਨਾ ਕਿਤੇ ਉਹ ਜਿਹੜਾ ਵਖਰੇਵੇਂ ਚੱਲ ਰਹੇ ਆ, ਸੋ ਅਸੀਂ ਨਹੀਂ ਚਾਹੁੰਦੇ ਕਿ ਵਖਰੇਵੇਂ ਚੱਲਣ, ਪਰ ਅਸੀਂ ਦੇਖ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਅਸੀਂ ਤਾਂ ਕਹਿੰਦੇ ਕਿ ਸਾਡਾ ਕਿਸਾਨ ਜਿਹੜੇ ਸਾਡੇ ਵੀਰ ਗਏ ਆ ਲੜਾਈ ਕਰਨ ਵਾਸਤੇ, ਜਿਹੜੇ ਅੰਦੋਲਨ ਕਰਨ ਵਾਸਤੇ, ਉਹ ਜਿੱਤ ਕੇ ਵਾਪਸ ਆਉਣ, ਸਾਡੇ ਪੰਜਾਬ ਦਾ ਜਿਹੜਾ ਸਿਰ ਉੱਚਾ ਹੋਊਗਾ। ਪਰ ਜੇ ਕਿਤੇ ਉਹਨਾਂ ਨੂੰ ਸਾਡੀ ਲੋੜ ਪਈ ਪਏਗੀ ਤਾਂ ਜ਼ਰੂਰ ਜਿਹੜਾ SKM ਉੱਥੇ ਆਪਣੀ ਸ਼ਮੂਲੀਅਤ ਕਰੇ।